ਸ਼ਹੀਦ ਭਗਤ ਸਿੰਘ ਜੀ ਦਾ 111ਵਾਂ ਜਨਮਦਿਨ ਅੱਜ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਉਸ ਸੂਰਬੀਰ ਯੋਧੇ ਨੇ ਭਾਰਤ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ ਸੀ। ਇਸੇ ਤਰ੍ਹਾਂ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿਖੇ ਵੀ ਰਾਜਨੀਤਿਕ ਅਤੇ ਹੋਰ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੀਆਂ। ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੂਤ ਨੇ ਵੀ ਖਟਕੜ ਕਲਾਂ ਵਿਖੇ ਹਾਜ਼ਰੀ ਲਗਵਾਈ। ਇਸ ਮੌਕੇ ਉਹਨਾਂ ਨੇ ਪੂਰੇ ਪੰਜਾਬ ਦੇ ਨਾਲ ਨਾਲ ਦੇਸ਼ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ। ਹਿੰਦੁਸਤਾਨ ਦਾ ਮਾਣ, ਹਿੰਦੁਸਤਾਨ ਦੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਅੱਜ ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ, ਪਰਿਵਾਰਕ ਤੌਰ 'ਤੇ ਔਰ ਪੰਜਾਬ ਸਰਕਾਰ, ਇਹ ਰਾਜ ਪੱਧਰੀ ਸਮਾਗਮ ਜੋ ਹੋ ਰਿਹਾ, ਪੰਜਾਬ ਸਰਕਾਰ ਵੱਲੋਂ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਇਸ ਧਰਤੀ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਇੱਥੇ ਪਲ ਕੇ ਵੱਡੇ ਹੋ ਕੇ ਇਹਨਾਂ ਲੋਕਾਂ 'ਚ ਇਸ ਧਰਤੀ 'ਚ ਘੁਲ ਮਿਲ ਕੇ ਦੇਸ਼ ਕੌਮ ਦਾ ਮਾਣ ਬਣੇ ਔਰ ਆਪਣਾ ਸੁਪਨਾ ਪੂਰਾ ਕਰਨ ਲਈ ਕਿ ਸਾਡਾ ਹਿੰਦੁਸਤਾਨ ਆਜ਼ਾਦ ਹੋਏ ਔਰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਹੋਵੇ। ਮੈਨੂੰ ਸ਼ਹੀਦੀ ਪ੍ਰਵਾਨ ਹੈ ਲੇਕਿਨ ਦੇਸ਼ ਆਜ਼ਾਦ ਹੋਣਾ ਚਾਹੀਦਾ ਹੈ। ਅੱਜ ਪੂਰੇ ਦੇਸ਼ ਨੂੰ ਆਪਣੇ ਸ਼ਹੀਦ ਭਗਤ ਸਿੰਘ 'ਤੇ ਮਾਣ ਹੈ, ਉਹਨਾਂ ਦੇ ਜਨਮ ਦਿਹਾੜੇ 'ਤੇ ਮੈਂ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਇਸ ਦੇ ਨਾਲ ਹੀ ਸਾਧੂ ਸਿੰਘ ਧਰਮਸੋਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਆਜ਼ਾਦ ਕਰਵਾਉਣ ਦੇ ਲਈ ਭਗਤ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਂਭ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਪੰਜਾਬ ਦੇ, ਹਿੰਦੁਸਤਾਨ ਦੇ ਨੌਜਵਾਨਾਂ ਨੂੰ ਵਧਾਈ ਵੀ ਦਿੰਦਾ ਹਾਂ ਔਰ ਉਹਨਾਂ ਦੇ ਨਕਸ਼ੇ ਕਦਮ ਦੇ ਚੱਲਦੇ ਹੋਏ ਜੋ ਉਹਨਾਂ ਨੇ ਇਸ ਮੁਲਕ ਨੂੰ ਆਪਣੀ ਖੂਨ ਦੀ ਆਹੂਤੀ ਦੇ ਕੇ, ਸ਼ਹਾਦਤ ਦੇ ਕੇ, ਮੌਤ ਨੂੰ ਗਲ ਨਾਲ ਲਾ ਕੇ, ਫਾਂਸੀ ਦੇ ਰੱਸੇ ਨੂੰ ਚੁੰਮ ਕੇ ਦੇਸ਼ ਦੀ ਆਜ਼ਾਦੀ ਦਾ ਸੁਪਨਾ ਲਿਆ ਸੀ, ਉਹਨਾਂ ਦੀ ਦਿੱਤੀ ਹੋਈ ਆਜ਼ਾਦੀ ਨੂੰ ਲੈ ਕੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ, ਆਉਣ ਵਾਲੀ ਪੀੜ੍ਹੀਆਂ ਦਾ। ਇਸ ਆਜ਼ਾਦੀ ਨੂੰ ਸਾਫ਼ ਸੁਥਰਾ ਔਰ ਆਜ਼ਾਦੀ ਨੂੰ ਦੇਸ਼ ਤੋਂ ਬਾਹਰੋਂ ਔਰ ਅੰਦਰੋਂ ਜਦੋਂ ਵੀ ਖਤਰਾ ਪੈਦਾ ਹੋਵੇ ਖੂਨ ਦੇਣ ਤੋਂ ਵੀ ਨਾ ਡਰੀਏ। ਉਹ ਇੱਕ ਜਿਸੇ ਸ਼ਹਿਰ ਨੇ ਕਿਹਾ, ਖੂਨ ਦੇ ਦਿਆਂਗੇ ਪਰ ਦੇਸ਼ ਦੀ ਮਿੱਟੀ ਨਹੀਂ ਦਿਆਂਗੇ। ਇਹ ਦੇਸ਼ ਦੀ ਮਿੱਟੀ ਆਜ਼ਾਦ ਕਰਾਉਣ ਲਈ ਸਾਡੇ ਸ਼ਹੀਦਾਂ ਨੇ ਖੂਨ ਦੇ ਕੇ ਸਿੰਜੀ ਹੈ। ਬੇਸ਼ੱਕ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਅਤੇ ਸ਼ਹੀਦੀ ਪੁਰਬ ਦੇ ਖਟਕੜ ਕਲਾਂ ਵਿਖੇ ਰਾਜਨੀਤਿਕ ਸ਼ਖਸੀਅਤਾਂ ਜਾਂਦੀਆਂ ਨੇ, ਪਰ ਲੋਕਾਂ ਦੇ ਤਾਂ ਇਹੀ ਇਲਜ਼ਾਮ ਨੇ ਕਿ ਸ਼ਹੀਦ ਭਗਤ ਸਿੰਘ ਜੀ ਦੀ ਕੁਰਬਾਨੀ ਨੂੰ ਸਿਆਸਤਦਾਨਾਂ ਦੇ ਵੱਲੋਂ ਵਰਤਿਆ ਜਾਂਦਾ ਹੈ ਤੇ ਲੋਕ ਅੱਜ ਵੀ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ ਨੇ। ਸੋ ਅੱਜ ਸਾਨੂੰ ਸੱਚਮੁੱਚ ਲੋੜ ਹੈ ਸ਼ਹੀਦ ਭਗਤ ਸਿੰਘ ਜੀ ਦੇ ਪਾਏ ਪੂਰਨੀਆਂ 'ਤੇ ਚੱਲਣ ਦੀ, ਤਾਂ ਜੋ ਅਸੀਂ ਸੱਚਮੁੱਚ ਇੱਕ ਆਜ਼ਾਦ ਦੇਸ਼ ਦੇ ਵਸ਼ਿੰਦੇ ਅਖਵਾ ਸਕੀਏ। ਬੰਗਾ ਤੋਂ ਨਰਿੰਦਰ ਮਾਹੀ, ਪੰਜਾਬੀ ਲੋਕ ਚੈਨਲ।